ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਵੈਰੀ ਮੱਚ ਮੇਰਾ ਚੈਨਲ ਇਨਸਾਈਡ ਦਾ ਫਰੇਮ ਦੇਖਣ ਲਈ, ਉਹਨੂੰ ਸਬਸਕ੍ਰਾਈਬ ਕਰਨ ਲਈ। ਅਤੇ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ। ਜਦੋਂ ਕੋਵਿਡ ਦਾ ਟਾਈਮ ਚੱਲ ਰਿਹਾ ਸੀਗਾ ਅਤੇ ਬਹੁਤ ਔਖਾ ਟਾਈਮ ਸੀ, ਸਭ ਨੂੰ ਪਤਾ ਹੀ ਹੈ ਕਿ ਆਪਾਂ ਕਿੱਦਾਂ ਸਾਰੇ ਲੋਕ ਘਰਾਂ 'ਚ ਬੰਦ ਹੋ ਗਏ ਸੀਗੇ। ਅਤੇ ਉਸ ਟਾਈਮ ਦੇ ਵਿੱਚ ਜਦੋਂ ਕਿ ਸਾਡੀ ਸਾਰਿਆਂ ਦੀ ਜਿਹੜੀ ਨਜ਼ਰ ਆ ਉਹ ਜ਼ਿਆਦਾਤਰ ਘੜੀਆਂ ਦੇ ਉੱਪਰ ਹੀ ਰਹਿੰਦੀ ਹੁੰਦੀ ਸੀ ਕਿ ਕੀ ਟਾਈਮ ਹੋ ਗਿਆ, ਕਿੰਨਾ ਟਾਈਮ ਮਤਲਬ ਰਹਿ ਗਿਆ ਸ਼ਾਮ ਹੋਣ ਨੂੰ, ਟਾਈਮ ਪਾਸ ਨਹੀਂ ਹੁੰਦਾ ਸੀ, ਕਹਿਣ ਦੀ ਗੱਲ ਆ ਸਭ ਦਾ। ਤਾਂ ਉਹਨਾਂ ਦਿਨਾਂ 'ਚ ਮੇਰੇ ਮਾਇੰਡ 'ਚ ਇੱਕ ਥੋਟ ਆਇਆ ਸੀਗਾ ਕਿ ਆਪਾਂ ਘੜੀਆਂ ਵੱਲ ਜੇ ਟਾਈਮ ਦੇਖਣ ਨਾ ਟਾਈਮ ਦੇਖਣ ਲਈ ਨਾ ਦੇਖੀਏ, ਵੈਸੇ ਉਹਨਾਂ ਵੱਲ ਧਿਆਨ ਨਾਲ ਦੇਖੀਏ ਤਾਂ ਇੱਕ ਬਹੁਤ ਵੱਡਾ ਮੈਸੇਜ ਆਪਾਂ ਲੈ ਸਕਦੇ ਹਾਂ ਨਾ ਘੜੀਆਂ ਦੇ ਵਿੱਚੋਂ। ਸਪੈਸ਼ਲੀ ਮੈਂ ਗੱਲ ਕਰਾਂ ਤੁਹਾਡੀ ਐਨਾਲੋਗ ਵਾਚਿਜ਼ ਹੁੰਦੀਆਂ ਨੇ ਜਿਹੜੇ ਨੀਡਲਸ ਵਾਲੀਆਂ, ਤਾਂ ਉਹ ਇਹ ਸੀਗਾ ਕਿ ਜਦੋਂ ਆਪਾਂ ਧਿਆਨ ਨਾਲ ਇਹਨਾਂ ਨੀਡਲਸ ਵੱਲ ਦੇਖੀਏ, ਜਿਸ ਤਰ੍ਹਾਂ ਜਿਹੜੀ ਆਰਜ਼ ਵਾਲੀ ਨੀਡਲ ਹੁੰਦੀ ਆ ਉਹ ਸਭ ਤੋਂ ਸਲੋ ਲਾਈਕ ਵਰਕ ਕਰਦੀ ਆ, ਜਿਹੜਾ ਡਿਸਟੈਂਸ ਕਵਰ ਕਰਦੀ ਆ 1 ਆਰ ਦੇ ਵਿੱਚ ਬੜਾ ਘੱਟ ਕਰਦੀ ਆ। ਅਤੇ ਉਸ ਤੋਂ ਬਾਅਦ ਜਿਹੜੀ ਮਿੰਟਸ ਵਾਲੀ ਨੀਡਲ ਆ ਉਸ ਤੋਂ ਥੋੜ੍ਹਾ ਜਿਹਾ ਵੱਧ ਕੰਮ ਕਰਦੀ ਆ, ਅਤੇ ਜਿਹੜੀ ਸੈਕਿੰਡਸ ਵਾਲੀ ਆ ਉਹ ਵਿਚਾਰੀ ਭੱਜੀ ਹੋ ਫਿਰਦੀ ਹੈ ਕਾਇੰਡ ਆਫ, ਹੈ ਨਾ। ਤਾਂ ਉਹ ਇਹ ਸੀਗਾ ਕਿ ਇਹਨਾਂ ਦਾ ਇੱਕ ਟੀਮ ਵਰਕ ਹੁੰਦਾ ਹੈ, ਇੱਕ ਫੈਮਿਲੀ ਹੁੰਦੀ ਹੈ ਇਹਨਾਂ ਦੀ। ਜਦੋਂ ਆਪਾਂ ਟਾਈਮ ਦੇਖਦੇ ਹਾਂ ਤਾਂ ਇਹਨਾਂ ਦੀ ਸਭ ਦਾ ਮਤਲਬ ਇਕੁਅਲੀ ਇਹਨਾਂ ਦੀ ਵਰਕ ਹੁੰਦਾ ਇਹਨਾਂ ਦਾ। ਤਾਂ ਮੈਨੂੰ ਇੱਕ ਜਸਟ ਇੱਕ ਵੈਸੇ ਮੇਰੇ ਮਾਇੰਡ 'ਚ ਇੱਕ ਕਹਿ ਲਓ ਵੀ ਇੱਕ ਥੋਟ ਹੀ ਆਇਆ ਸੀਗਾ ਵੀ ਆਪਾਂ ਇਹਨਾਂ ਤੋਂ ਇੰਸਪੀਰੇਸ਼ਨ ਲੈਣੀ ਚਾਹੀਦੀ। ਜਦੋਂ ਆਪਾਂ ਟੀਮ 'ਚ ਕੰਮ ਕਰਦੇ ਹਾਂ, ਕੋਈ ਬੰਦਾ ਘੱਟ ਕੰਮ ਕਰਦਾ, ਕੋਈ ਵੱਧ ਕਰਦਾ, ਲੇਕਿਨ ਸਭ ਦੀ ਆਪਣੀ ਆਪਣੀ ਕਾਬਲੀਅਤ ਹੁੰਦੀ ਹੈ, ਤਾਂ ਉਹਦੀ ਆਊਟਪੁੱਟ ਜੋ ਨਿਕਲਦੀ ਹੈ ਕਿ ਇਕੱਠਾ ਟੀਮ ਵਰਕ ਜਿਹੜਾ ਕੰਮ ਨਿਕਲਦਾ ਉਹ ਇੱਕ ਮਤਲਬ ਮਾਇਨੇ ਰੱਖਦਾ ਆਪਾਂ ਕੀ ਕੀਤਾ ਹੈ। ਤਾਂ ਮੇਰਾ ਸਿਰਫ ਇਹ ਕਹਿਣਾ ਇੱਕ ਥੋਟ ਹੀ ਸੀਗਾ, ਅਤੇ ਮੈਂ ਇਹ ਸ਼ੇਅਰ ਕੀਤਾ। ਮੇਰੀ ਫਰੈਂਡ ਹੈ ਗੁਰਮਿਲਨ ਕੌਰ, ਅਤੇ ਮਾਈਕਰੋ ਬਲੌਗਿੰਗ ਕਰਦੀ ਆ ਉਹ, ਅਤੇ ਉਹਦੇ ਨਾਲ ਵੈਸੇ ਹੀ ਸ਼ੇਅਰ ਕੀਤਾ। ਤਾਂ ਉਹਨੂੰ ਇਹ ਚੀਜ਼ ਥੋੜ੍ਹੀ ਅੱਛੀ ਲੱਗੀ, ਤਾਂ ਉਹਨੇ ਆਪਣੇ ਵਰਡਸ ਦੇ ਨਾਲ, ਆਪਣੇ ਵਰਡਸ ਦੇ ਮੈਜਿਕ ਨਾਲ ਇਹਨੂੰ ਬਹੁਤ ਇੱਕ ਖੂਬਸੂਰਤ ਕਹਾਣੀ ਬਣਾਤਾ ਕਿ ਜਿਹੜਾ ਤੁਸੀਂ ਉਹਨੂੰ ਜੇ ਪੜ੍ਹੋਗੇ ਤੁਹਾਨੂੰ ਮੈਂ ਉਹਦੇ ਬਾਰੇ ਦੱਸੂੰਗਾ, ਉਹਦੇ ਬਾਰੇ ਤੁਹਾਨੂੰ ਬਹੁਤ ਵਧੀਆ ਲੱਗੂਗਾ। ਅਤੇ ਮੇਰੇ ਨਾਲ ਇਸ ਟਾਈਮ ਗੁਰਮਿਲਨ ਕੌਰ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸਤਿੰਦਰ ਜੀ, ਪਹਿਲਾਂ ਤਾਂ ਤੁਸੀਂ ਇੰਨਾ ਅੱਛਾ ਕਨਸੈਪਟ ਇੰਟਰੋਡਿਊਸ ਕੀਤਾ ਸੀ। ਅਤੇ ਮੈਨੂੰ ਇਹ ਸੀਗਾ, ਚਲੋ ਮੈਂ ਸਿਰਫ ਇੱਕ ਗੱਲ ਸੋਚੀ ਸੀ, ਲੇਕਿਨ ਕਈ ਵਾਰ ਇਹ ਹੁੰਦਾ ਕਿ ਆਪਾਂ ਨੂੰ ਨਾ ਵਰਡਸ ਹੀ ਮਿਲ ਰਹੇ ਹੁੰਦੇ, ਹੈ ਨਾ, ਉਸ ਗੱਲ ਲਈ ਵੀ ਆਪਾਂ ਨੂੰ ਵਧੀਆ ਤਰੀਕੇ ਨਾਲ ਕਿਵੇਂ ਮਤਲਬ ਕਹੀਏ, ਹੈ ਨਾ। ਤਾਂ ਮੈਂ ਤਾਂ ਸਿਰਫ ਇੱਕ ਛੋਟਾ ਜਿਹਾ ਕੋਨਸੈਪਟ ਜਾਂ ਥੋਟ ਹੀ ਆਇਆ ਸੀ ਮੇਰੇ ਮਾਇੰਡ 'ਚ, ਲੇਕਿਨ ਉਹਨੂੰ ਤੁਸੀਂ ਆਪਣੇ ਵਰਡਸ ਨਾਲ ਬਹੁਤ ਵਧੀਆ ਬਣਾ ਦਿੱਤਾ। ਮੈਂ ਤੁਹਾਨੂੰ ਹੋਰ ਇਹ ਵੀ ਦੱਸਣਾ ਚਾਹੂੰਗਾ ਕਿ ਇੰਸਟਾਗ੍ਰਾਮ 'ਤੇ ਗੁਰਮਿਲਨ ਦਾ ਦਿਸ ਇਜ਼ ਗੁਰਮਿਲਨ ਕੌਰ ਦੇ ਨਾਮ ਤੋਂ ਅਕਾਊਂਟ ਹੈ। ਤੁਸੀਂ ਉੱਥੇ ਜਾ ਕੇ ਜਦੋਂ ਇਹਨਾਂ ਦੀ ਜਿਹੜੀ ਉਹ ਪੋਇਟਰੀ ਕਹਿ ਲਓ ਜਾਂ ਮਾਈਕਰੋ ਬਲੌਗਿੰਗ ਕਹਿ ਲਓ, ਛੋਟੀ ਛੋਟੀ ਚੀਜ਼ਾਂ ਦੇ ਉੱਪਰ ਇਹਨਾਂ ਨੇ ਕਿੰਨੇ ਵਧੀਆ ਵਰਡਸ ਦੇ 'ਚੋਂ ਚੀਜ਼ ਮਤਲਬ ਪਰੋਈ ਹੋਈ ਹੈ। ਤਾਂ ਪੜ੍ਹ ਕੇ ਸਾਨੂੰ ਲੱਗਦਾ ਕਿ ਵਾਕਈ ਅਹਿਸਾਸ ਹੁੰਦਾ ਕਿ ਇਹ ਚੀਜ਼ ਵੀ ਹੋ ਸਕਦੀ ਹੈ। ਕਿਸੇ ਵੀ ਚੀਜ਼ ਬਾਰੇ ਤੁਸੀਂ ਪੜ੍ਹੋਗੇ, ਤੁਸੀਂ ਉਹ ਵੀ ਜ਼ਰੂਰ ਪੜ੍ਹਿਓ, ਇਹਨਾਂ ਨੂੰ ਫੋਲੋ ਵੀ ਜ਼ਰੂਰ ਕਰਿਓ। ਅਤੇ ਥੋੜ੍ਹਾ ਜਿਹਾ ਬਸ ਮੈਂ ਪੁੱਛਣਾ ਚਾਹੂੰਗਾ, ਤੁਸੀਂ ਜਦੋਂ ਇਹ ਲਿਖਿਆ ਹੈ ਨਾ ਕਲੌਕ ਵਾਲਾ ਜਿਹੜਾ ਕੋਨਸੈਪਟ ਸੀਗਾ, ਉਹਦੇ ਬਾਰੇ ਤੁਹਾਨੂੰ ਮਤਲਬ ਕਿੱਦਾਂ ਲੱਗਿਆ? ਐਕਚੁਅਲੀ ਜਦੋਂ ਤੁਸੀਂ ਮੈਨੂੰ ਦੱਸਿਆ ਕਿ ਇਹ ਟੌਪਿਕ ਤੁਹਾਡੇ ਦਿਮਾਗ 'ਚ ਕੋਨਸੈਪਟ ਚੱਲ ਰਿਹਾ, ਜੋ ਫਸਟ ਚੀਜ਼ ਮੇਰੇ ਦਿਮਾਗ 'ਚ ਕਲਿੱਕ ਕੀਤੀ ਸੀ, ਦੈਟ ਵਾਸ ਦ ਟਾਈਮ ਵੈਨ ਮਾਈ ਫਾਦਰ ਫਸਟ ਟੌਟ ਮੀ ਕਿ ਟਾਈਮ ਕਿੱਦਾਂ ਦੇਖਦੇ ਹਾਂ। ਜਦੋਂ ਅਸੀਂ ਛੋਟੇ ਸੀ, ਇਹ ਬਹੁਤ ਛੋਟੀ ਛੋਟੀ ਚੀਜ਼ਾਂ ਸਾਡੇ ਪੇਰੈਂਟਸ ਸਾਨੂੰ ਸਿਖਾਉਂਦੇ ਸੀ ਕਿ ਟਾਈਮ ਕਿੱਦਾਂ ਦੇਖਦੇ ਹਾਂ। ਅਸੀਂ ਦੇਖਦੇ ਸੀ, ਅੱਛਾ ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ 12 ਵੱਜ ਗਏ। ਸਾਨੂੰ ਬੜਾ ਫੈਸੀਨੇਸ਼ਨ ਹੁੰਦੀ ਸੀ ਕਿ ਪਾਪਾ ਨੂੰ ਕਿੱਦਾਂ ਪਤਾ ਲੱਗ ਗਿਆ 12 ਵੱਜ ਗਏ, ਸਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ। ਸੋ ਜਦੋਂ ਉਹਨਾਂ ਨੇ ਸਾਨੂੰ ਫਸਟ ਟਾਈਮ ਦਿਖਾਇਆ ਕਿ ਇੱਦਾਂ ਟਾਈਮ ਦੇਖਦੇ ਹਾਂ, ਆਹ ਆਵਰ ਵਾਲੀ ਸੂਈ ਆ, ਆਹ ਮਿੰਟਸ ਵਾਲੀ ਸੂਈ ਆ, ਸੈਕਿੰਡਸ ਵਾਲੀ ਆ, ਤੁਸੀਂ ਉਹਨਾਂ ਦਾ ਬੈਲੈਂਸ ਕਿੱਦਾਂ ਦੇਖਣਾ, ਉਹ ਬਹੁਤ ਇੱਕ ਨੋਸਟੈਲਜੀਆ ਹੁੰਦਾ ਦਿਮਾਗ 'ਚ, ਹੈ ਨਾ। ਅਤੇ ਜਦੋਂ ਮੈਂ ਹੁਣ ਤਾਂ ਹੀ ਮੈਂ ਦੋ ਸਿਚੁਏਸ਼ਨਸ ਨੂੰ ਕੰਪੇਅਰ ਕੀਤਾ ਸੀ ਕਿ ਅੱਜ ਉਹ ਟਾਈਮ ਹੀ ਨਹੀਂ ਹੈ, ਮੈਂ ਖੁਦ ਸਮਾਰਟ ਵਾਚ ਪਾਈ ਹੋਈ ਹੈ, ਡਿਜੀਟਲ ਹੋ ਗਿਆ ਆਪਾਂ, ਬਟ ਇਹ ਜੋ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਸੀ ਨਾ ਕਿ ਸਾਡੇ ਪੇਰੈਂਟਸ ਸਾਨੂੰ ਸਿਖਾਉਂਦੇ ਸੀ, ਔਰ ਸਿਮਿਲਰਲੀ ਜਦੋਂ ਉਹ ਤਿੰਨ ਜਿਹੜੇ ਹੈਂਡਸ ਹੁੰਦੇ ਆ ਕਲੋਕ ਦੇ, ਜਿਹੜੇ ਆਵਰ ਔਰ ਮਿੰਟ ਔਰ ਸੈਕਿੰਡਸ ਨੂੰ ਰਿਪ੍ਰੈਜੈਂਟ ਕਰਦੇ ਆ, ਬਟ ਉਹਨਾਂ ਦਾ ਟਾਈਮ ਫਰੇਮ ਚਾਹੇ ਆਪਸ 'ਚ ਜਿੰਨਾ ਮਰਜ਼ੀ ਡਿਫਰੈਂਸ ਹੋਵੇ, ਇੱਕ ਇੱਕ ਘੰਟੇ 'ਚ ਇੱਕ ਚੱਕਰ ਪੂਰਾ ਕਰਦੀ ਆ, ਇੱਕ ਸੈਕਿੰਡ 'ਚ ਕਰ ਲੈਂਦੀ ਆ, ਇੱਕ ਮਿੰਟ 'ਚ ਕਰਦੀ ਆ, ਪਰ ਚੱਲਦੀਆਂ ਤਿੰਨੋਂ ਇਕੱਠੀਆਂ ਲੱਗਦੀਆਂ। ਉਹ ਬੈਲੈਂਸ ਬਹੁਤ ਬਿਊਟੀਫੁਲ ਲੱਗਿਆ ਸੀ ਮੈਨੂੰ, ਔਰ ਉਹ ਤੁਸੀਂ ਹੀ ਮੈਨੂੰ ਰਿਲਾਈਜ਼ ਕਰਾਇਆ। ਉਹ ਪ੍ਰੋਸੈਸ ਹੁੰਦਾ ਨਾ ਟਾਈਮ ਦੇਖਣਾ, ਮੈਨੂੰ ਵੀ ਯਾਦ ਆ ਛੋਟੇ ਹੁੰਦੇ ਜਦੋਂ ਅਸੀਂ ਟਾਈਮ ਦੇਖਣਾ ਸ਼ੁਰੂ ਕੀਤਾ ਸੀ, ਆਪਣੇ ਪੇਰੈਂਟਸ ਨੂੰ ਪੁੱਛਦੇ ਹੁੰਦੇ ਸੀ ਪਾਪਾ ਨੂੰ ਵੀ ਕਿਵੇਂ ਕੀ ਸਿਸਟਮ, ਮਤਲਬ ਇੰਨੇ ਵੱਜ ਕੇ ਇੰਨੇ ਮਿੰਟ ਹੋਏ ਨੇ, ਸ਼ੁਰੂ 'ਚ ਨਹੀਂ ਪਤਾ ਹੁੰਦਾ ਕਿੱਦਾਂ, ਹੈ ਨਾ। ਤੇ ਬਹੁਤ ਵਧੀਆ ਮੈਨੂੰ ਲੱਗਿਆ ਤੁਸੀਂ, ਛੋਟੀਆਂ ਛੋਟੀਆਂ ਯਾਦਾਂ ਹੁੰਦੀਆਂ ਸਾਡੀਆਂ ਆਪਣੇ ਪੇਰੈਂਟਸ ਦੇ ਨਾਲ। ਤੇ ਇੱਥੇ ਮੈਂ ਵੀ ਦੱਸਣਾ ਚਾਹੂੰਗਾ, ਮੇਰਾ ਬ੍ਰਦਰ ਹੈਗਾ ਜੀ ਬਲਜੀਤ ਸਿੰਘ ਲੁਧਿਆਣਾ ਤੋਂ, ਤੇ ਗੁਰਮਿਲਨ ਤੋਂ ਬਾਅਦ ਜਦੋਂ ਉਹਨੇ ਇਹ ਚੀਜ਼ ਅਸੀਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਸੀਗੀ ਲਿਖ ਕੇ, ਤਾਂ ਉਹਨੇ ਜਦੋਂ ਪੜ੍ਹੀ ਤਾਂ ਉਹ ਵੀ ਆਰਟ ਨਾਲ ਜੁੜਿਆ ਹੋਇਆ ਹੈ, ਕੈਲੀਗ੍ਰਾਫੀ ਕਰਦਾ, ਪੇਂਟਿੰਗ ਬਹੁਤ ਸੋਹਣੀ ਕਰਦਾ। ਉਹਦਾ ਮੈਨੂੰ ਫੋਨ ਆਇਆ, ਕਹਿੰਦਾ ਵੀਰ ਜੀ ਮੈਂ ਇਹਨੂੰ ਵੀ ਆਪਣੀ ਹੁਣ ਆਰਟ ਕਿਹਦੇ 'ਚ ਜੋੜਨਾ ਚਾਹੁੰਦਾ ਹੈ ਅਤੇ ਕੁਛ ਉਹਨੂੰ ਬਣਾਉਣਾ ਚਾਹੁੰਦਾ ਹੈ। ਅਤੇ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਆਓ। ਤਾਂ ਰੀਸੈਂਟਲੀ ਮੈਂ ਉਹਨੂੰ ਵੀ ਮਿਲਿਆ ਸੀਗਾ, ਤੁਹਾਨੂੰ ਮੈਂ ਇਸ ਵਲੌਗ ਦੇ ਵਿੱਚ ਉਹ ਵੀ ਪਾਰਟ ਦਿਖਾਉਂਦਾ।
ਤੇ ਆਰਟਿਸਟ ਹੈ, ਬਹੁਤ ਸੋਹਣੀ ਕੈਲੀਗ੍ਰਾਫੀ ਕਰਦਾ ਹੈ, ਆਰਟ ਵਿੱਚ ਉਹਦਾ ਹੱਥ ਬਹੁਤ ਵਧੀਆ, ਪੇਂਟਿੰਗਸ ਬਹੁਤ ਵਧੀਆ। ਤੇ ਉਹਨੇ ਮੈਨੂੰ ਕਿਹਾ ਕਿ ਵੀਰ ਜੀ ਮੈਂ ਵੀ ਇਸ 'ਚ ਆਪਣਾ ਕੰਟਰੀਬਿਊਸ਼ਨ ਕਰਨਾ ਚਾਹੁੰਦਾ। ਤੇ ਮੈਂ ਕਿਹਾ ਉਹ ਕਿੱਦਾਂ? ਤੇ ਉਹ ਕਹਿੰਦਾ ਉਹ ਮੈਂ ਤੁਹਾਨੂੰ ਮਿਲ ਕੇ ਹੀ ਦੱਸੂੰਗਾ। ਤੇ ਉਹਨੇ ਮੇਰੇ ਲਈ ਕੋਈ ਚੀਜ਼ ਤਿਆਰ ਕੀਤੀ ਹੈ, ਕਾਫੀ ਟਾਈਮ ਤੋਂ ਮੈਨੂੰ ਮਿਲਣਾ ਚਾਹ ਰਿਹਾ ਸੀ, ਲੇਕਿਨ ਕਹਿ ਲਓ ਕਿ ਮੈਂ ਹੀ ਬਿਜ਼ੀ ਹੁੰਦਾ ਅਤੇ ਨਹੀਂ ਸਾਡੇ ਤੋਂ ਮਿਲਿਆ ਜਾਂਦਾ, ਸਾਡਾ ਨਹੀਂ ਮੇਲ ਹੋ ਰਿਹਾ ਸੀਗਾ। ਅਤੇ ਅੱਜ ਫਾਈਨਲੀ ਉਹ ਮੈਨੂੰ ਮਿਲਣ ਆ ਰਿਹਾ। ਮੈਂ ਇਸ ਵੇਲੇ ਹੈਗਾ ਜੀ ਰਾਜਪੁਰੇ, ਅਤੇ ਉਹ ਮੈਨੂੰ ਮਿਲਣ ਆ ਰਿਹਾ ਸਪੈਸ਼ਲੀ ਆਪਣੀ ਜੋਬ ਤੋਂ। ਉਹਨੇ ਅੱਜ ਲੀਵ ਲਈ ਹੈ, ਅਤੇ ਤਕਰੀਬਨ 2 ਮਹੀਨੇ ਲੱਗੇ ਉਹਨੂੰ ਇਹ ਜਿਹੜੀ ਚੀਜ਼ ਉਹ ਮੇਰੇ ਲਈ ਬਣਾ ਕੇ ਲੈ ਕੇ ਆ ਰਿਹਾ। ਅਤੇ ਉਹ ਹੁਣ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ, ਅਤੇ ਬਸ ਉਹਦੀ ਮੈਂ ਵੇਟ ਕਰ ਰਿਹਾ, ਜਿੱਦਾਂ ਹੀ ਉਹ ਆਉਂਦਾ ਅਤੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਉਹਨੇ ਕੀ ਬਣਾਇਆ। ਸੋ ਇਹ ਆ ਚੁੱਕੇ ਨੇ ਜੀ ਬਲਜੀਤ ਸਿੰਘ ਗਹੀਰ, ਮੇਰਾ ਬ੍ਰਦਰ। ਹਾਂਜੀ, ਕਿਆ ਬਾਤ ਹੈ, ਥੈਂਕ ਯੂ ਯਾਰ। ਮੈਂ ਗੁਰਮੇਲੇ ਨੂੰ ਤਾਂ ਹੀ ਇੱਥੇ ਬੁਲਾਇਆ ਕਿ ਮੈਂ ਇਹਨੂੰ ਵੀ ਦਿਖਾਵਾਂ, ਹੈ ਨਾ। ਅਤੇ ਉਹ ਹੈਗਾ ਜੀ ਇਹ ਚੀਜ਼, ਅਤੇ ਉਹਨੇ ਵਧੀਆ ਲੱਗੀ ਬਹੁਤ। ਅਤੇ ਇਹ ਉਹਨੇ ਆ ਕੈਲੀਗ੍ਰਾਫੀ ਕੀਤੀ ਹੈ, ਜੋ ਵੀ ਗੁਰਮੇਲੇ ਨੇ ਲਿਖਿਆ। ਮੈਂ ਇਸ ਵਲੋਗ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਹ ਸਾਰੀ ਚੀਜ਼ ਲਿਖੂੰਗਾ ਤਾਂ ਕਿ ਤੁਸੀਂ ਉਹਨੂੰ ਪੜ੍ਹ ਸਕੋ ਧਿਆਨ ਨਾਲ। ਅਤੇ ਇਹ ਜਿਹੜੀ ਇਹਨੇ ਆਹ ਚੀਜ਼ ਬਣਾਈ ਹੈ ਡਿਜ਼ਾਇਨ, ਇਹ ਸਾਰਾ ਉਹਨੇ ਹੈਂਡਮੇਡ ਹੈਗਾ ਜੀ, ਸ਼ੇਡਿੰਗ ਵਗੈਰਾ ਸਾਰਾ, ਕਲਰਿੰਗ ਵਗੈਰਾ, ਮੈਚਿੰਗ ਸਾਰੀ, ਹੈ ਨਾ। ਅਤੇ ਇਹ ਸਾਰਾ ਉਹਨੇ ਬਣਾਇਆ। ਅਤੇ ਜਿਹੜਾ ਤੁਸੀਂ ਆਹ ਰਿੰਗ ਦੇਖ ਰਹੇ ਹੋ, ਇਹ ਮੇ ਬੀ ਇੱਥੇ ਨਾ ਦਿਖ ਰਿਹਾ ਹੋਵੇ ਜ਼ਿਆਦਾ ਕਲੀਅਰ, ਤਾਂ ਇਹ ਗੋਲਡ ਜਿਹੜਾ 24 ਕੈਰਟ ਗੋਲਡ ਦਾ ਜਿਹੜਾ ਫੋਇਲ ਆਉਂਦਾ, ਇਹ ਉਹਦਾ ਮਤਲਬ ਉਹਨੇ ਇਹ ਲਗਾਇਆ ਹੈ। ਅਤੇ ਜਿਹੜਾ ਇਹ ਟਾਈਮ ਜਿਹੜਾ ਮੈਨੂੰ ਸਭ ਤੋਂ ਸੋਹਣੀ ਚੀਜ਼ ਲੱਗੀ ਹੈ, 9:40, ਇਹ ਮੇਰਾ ਵਰਕ ਟਾਈਮ ਆ। ਅਤੇ ਮਤਲਬ ਮੇਰੇ ਲਈ ਇਹ ਬਹੁਤ ਖਾਸ ਚੀਜ਼ ਹੈ। ਅਤੇ ਇਹਦੇ 'ਚ ਕੰਟਰੀਬਿਊਸ਼ਨ ਗੁਰਮਿਲਨ ਦਾ ਅਤੇ ਬਲਜੀਤ ਦਾ, ਅਤੇ ਦੋਨਾਂ ਦਾ ਕੰਟਰੀਬਿਊਸ਼ਨ ਆ, ਹਮੇਸ਼ਾ ਲਈ ਇਹ ਯਾਦ ਬਣ ਗਈ। ਪਰ ਇਹ ਕਨਸੈਪਟ ਜਿੱਥੋਂ ਸ਼ੁਰੂ ਹੋਇਆ, ਦਿਸ ਮੈਨ, ਦੇਖੋ ਆਪਾਂ ਹੁਣ ਜੇ ਗੱਲ ਕਰੀਏ, ਆਪਾਂ ਵੀ 3 ਹੋ ਗਏ, ਮੈਂ ਹੋ ਗਿਆ, ਗੁਰਮਿਲਨ ਹੋ ਗਈ ਤੇ ਬਲਜੀਤ ਹੋ ਗਿਆ ਨਾ। ਉਹੀ ਸੇਮ ਚੀਜ਼ ਦੇਖੋ, ਟੀਮ ਵਰਕ ਹੈ ਨਾ। ਦੇਖੋ ਮੈਂ ਸੋਚਿਆ ਤੁਸੀਂ ਵਰਡਸ ਦਿੱਤੇ ਤੇ ਬਲਜੀਤ ਨੇ ਇਹ ਚੀਜ਼ ਬਿਲਕੁਲ ਸਾਹਮਣੇ ਲਿਆਂਦੀ, ਹੈ ਨਾ। ਤੇ ਇਹ ਦੇਖੋ ਟੀਮ ਵਰਕ ਇਹਨੂੰ ਕਹਿੰਦੇ ਨੇ, ਤੇ ਵੀ ਆਊਟਪੁੱਟ ਇਹਦੀ ਕੀ ਨਿਕਲੀ ਹੈ ਦੇਖੋ। ਸੋ ਆਈ ਥਿੰਕ ਤੁਹਾਨੂੰ ਇਹ ਚੀਜ਼ ਵਧੀਆ ਲੱਗੂਗੀ, ਤੁਸੀਂ ਇਹਨੂੰ ਪੜ੍ਹਿਓ ਜ਼ਰੂਰ ਡਿਸਕ੍ਰਿਪਸ਼ਨ 'ਚ ਜਾ ਕੇ। ਅਤੇ ਦਿਸ ਇਜ਼ ਗੁਰਮਿਲਨ ਕੌਰ ਇੰਸਟਾਗ੍ਰਾਮ 'ਤੇ, ਇਹਨਾਂ ਦੇ ਅਕਾਊਂਟ 'ਚ ਬਹੁਤ ਕੁਛ ਪਿਆ। ਮੈਂ ਕਈ ਵਾਰ ਜਦੋਂ ਫ੍ਰੀ ਹੁੰਦਾ ਬੈਠਾ ਪੜ੍ਹੀ ਜਾਂਦਾ ਉਹਨਾਂ 'ਤੇ, ਇੰਨਾ ਵਧੀਆ ਲੱਗਦਾ ਪੜ੍ਹ ਕੇ, ਤਾਂ ਤੁਸੀਂ ਵੀ ਜ਼ਰੂਰ ਪੜ੍ਹਿਓ, ਹੈ ਨਾ। ਚਲੋ, ਥੈਂਕ ਯੂ ਗੁਰਮਿਲਨ। ਥੈਂਕ ਯੂ ਸੋ ਮਚ ਤਨੈ ਜੀ, ਐਂਡ ਥੈਂਕ ਯੂ ਬਲਜੀਤ ਜੀ, ਇੰਨੀ ਅੱਛੀ ਕ੍ਰੀਏਸ਼ਨ ਕਰਨ ਲਈ।